ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਹੈ ਜੀ ਡਿਗਰੀ ਦਾ ਮੁੱਲ ਕਹਾਣੀਕਾਰ ਨੇ ਜੀ ਨਰਿੰਦਰ ਕੌਰ ਦਿਓਲ ਏਸੀ ਕਮਰੇ ਚੋਂ ਨਿਕਲ ਕੇ ਏਸੀ ਮਰਸਟੀ ਕਾਰ ਦੀ ਤਾਕੀ ਡਰਾਈਵਰ ਨੇ ਖੋਲੀ ਤਾਂ ਮੈਂ ਵਿੱਚ ਬੈਠਣੀ ਲੱਗਾ ਸੀ ਕਿ ਮਾਂ ਉੱਚੀ ਉੱਚੀ ਬੋਲਣ ਲੱਗ ਪਈ ਵੇ ਨਿੰਦਰਾ ਵੇ ਨਿੰਦਰਾ ਤੂੰ ਅਜੇ ਤੱਕ ਸੁੱਤਾ ਪਿਆ ਬਾਹਰ ਨਿਕਲ ਕੇ ਦੇਖ ਲੋਕ ਕੀੜੀਆਂ ਕਾਂਡਿਆਂ ਵਾਂਗ ਫਿਰਦੇ ਨੇ ਬੇਉਠ ਤੂੰ ਤਾਂ ਅੱਜ ਇੰਟਰਵਿਊ ਤੇ ਨਹੀਂ ਜਾਣਾ ਮਾਂ ਇੱਕ ਪਲ اٹਕ ਜਾਂਦੀ ਮਾਂ ਮੈਨੂੰ ਮਰਸਡੀਜ਼ ਕਾਰ ਵਿੱਚੋਂ ਤਾਂ ਦੇਖ ਲੈਣ ਦਿੰਦੀ ਕਿ ਉਹ ਜਿਹੀ ਹੁੰਦੀ ਐ ਮੈਂ ਗਰਮੀ ਨਾਲ ਗੱਚ ਹੋਇਆ ਅੱਖਾਂ ਮਲਦਾ ਬੋਲਿਆ ਬੇਨਿੰਦਰਾ ਮਰਸਡੀਜ਼ ਕਾਰ ਕਿਹੜੀ ਹੁੰਦੀ ਐ ਮਾਂ ਇਹ ਕਾਰ 1 ਕਰੋੜ ਦੀ ਆਉਂਦੀ ਐ ਮੈਂ ਐਵੇਂ ਅੰਦਾਜ਼ੇ ਨਾਲ ਕਹਿ ਦਿੱਤਾ ਹਾਈ ਮੈਂ ਮਰ ਜਾਵਾਂ ਵੇ ਨਿੰਦਰਾ ਇਹ ਕਾਰ ਜਹਾਜ਼ ਜਿਹੀ ਹੁੰਦੀ ਹੈ ਮਾਂ ਨੇ ਹੈਰਾਨੀ ਨਾਲ ਕਿਹਾ ਹਾਂ ਮਾਂ ਮੈਂ ਸੌ ਗੱਲਾਂ ਦੇ ਇੱਕੇ ਜਵਾਬ ਦੇ ਦਿੱਤਾ ਵੇ ਨਿੰਦਰਾ ਆਪਾਂ ਤਾਂ ਕਰੋੜ ਠੇਕਰੀ ਇਕੱਠੀ ਕਰੀਏ ਤਾਂ ਸਾਡੇ ਕੋਲ ਨਹੀਂ ਹੋਣੀ ਤੂੰ ਸੁਪਨੇ ਵਿੱਚ ਕਰੋੜ ਦੀ ਕਾਰ ਦੇਖ ਲਈ ਬਿਉਠ ਨਾ ਤੋਕੇ ਗੁਰਦੁਆਰੇ ਜਾ ਈ ਪਤਾ ਰੱਬ ਸਾਡਾ ਵੀ ਬੇੜਾ ਪਾਰ ਲਾ ਦੇ। ਮਾਂ ਪਤਾ ਨਹੀਂ ਰੱਬ ਨੂੰ ਜਾਂ ਮੈਨੂੰ ਤਰਲਾ ਮਾਰ ਰਹੀ ਸੀ। ਮੈਂ ਮੰਜੇ ਤੋਂ ਉੱਠ ਕੇ ਨਾਲਕੇ ਤੋਂ ਬਾਲਟੀ ਪਾਣੀ ਦੀ ਭਰੀ ਤੇ ਗੁਸਲਖਾਨੇ ਵਿੱਚ ਰੱਖ ਕੇ ਨਹਾਉਣ ਲੱਗ ਪਿਆ। ਪਰ ਐਸੇ ਤੋਂ ਤਰਸੇ ਕੱਪੜੇ ਜਦ ਤਨ ਨੂੰ ਲਾਏ ਤਾਂ ਕੱਲ ਦੀ ਪਸੀਨੇ ਦੀ ਬੋ ਬਦਬੂ ਅਜੇ ਵੀ ਆ ਰਹੀ ਸੀ। ਗੁਰਦੁਆਰੇ ਮੱਥਾ ਟੇਕ ਕੇ ਜਦ ਦੁੱਧ ਰੀੜਕ ਦੀ ਮਾਂ ਕੋਲ ਗਿਆ ਵੇ ਨਿੰਦਰਾ ਤੇਰੇ ਲਈ ਮੈਂ ਦਹੀਂ 'ਚ ਸ਼ੱਕਰ ਪਾ ਕੇ ਠੰਡਾ ਹੋਣਾ ਰੱਖਿਆ ਉਹ ਚੇਤੀ ਨਾਲ ਖਾ ਲਈ ਦਹੀਂ ਖਾਣਾ ਬੜਾ ਸ਼ੁਭ ਹੁੰਦਾ ਹੈ 1 ਮਿੰਟ ਲਈ ਮੇਰੇ ਕੰਨਾਂ ਨੂੰ ਵਿਸ਼ਵਾਸ ਹੀ ਨਾ ਆਇਆ ਕਿ ਮਾਂ ਨੇ ਰਾਤੋਂ ਰਾਤ ਫ੍ਰਿਜ ਕਿੱਥੋਂ ਲੈ ਲਈ ਪਰ ਜਦੋਂ ਹੀ ਦੂਜੇ ਪਾਸੇ ਦੇਖਿਆ ਤਾਂ ਠੰਡੇ ਪਾਣੀ ਦੇ ਘੜੇ ਉੱਪਰ ਕੋਲਾ ਭਰਿਆ ਦਹੀਂ ਦਾ ਰੱਖਿਆ ਹੋਇਆ ਸੀ ਅੱਛਾ ਤਾਂ ਮਾਂ ਦੀ ਇਹ ਫ੍ਰੀਜ ਆ ਮੈਂ ਮਨ ਹੀ ਮਨ ਵਿੱਚ ਸੋਚਿਆ ਵੇ ਨਿੰਦਰਾ ਆ ਇੱਥੇ ਬੈਠ ਤੈਨੂੰ ਕੁਝ ਦੱਸਣਾ ਮਾਂ ਮਦਾਣੀ ਛੱਡ ਕੇ ਹੱਥ ਉੱਪਰ ਰੱਖ ਕੇ ਸਿਆਣਾ ਵਾਂਗ ਬੈਠ ਗਈ ਪੁੱਤ ਕੱਲ ਮੈਂ ਛਿੰਦੇ ਨਾਲ ਪੰਡਿਤ ਰਾਮਚੰਦ ਦੇ ਡੇਰੇ ਗਈ ਸੀ ਉੱਥੇ ਤੇਰੀ ਪੱਤਰੀ ਖੁਲਵਾਈ ਸੀ ਪੰਡਿਤ ਨੇ ਦੱਸਿਆ ਕਿ ਤੇਰੇ ਪੁੱਤ ਨੂੰ ਨੌਕਰੀ ਤਾਂ ਮਿਲ ਜਾਵੇਗੀ ਪਰ ਸ਼ੁਕਰ ਗ੍ਰਹਿ ਨੂੰ ਸ਼ਨੀ ਗ੍ਰਹਿ ਨੇ ਘੇਰਿਆ ਹੋਇਆ ਜਿਸ ਦਿਨ ਸ਼ੁਕਰ ਗ੍ਰਹਿ ਦਾ ਰਸਤਾ ਸਾਫ਼ ਹੋ ਗਿਆ ਉਸੇ ਦਿਨ ਤੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲ ਜਾਣੀ ਹੈ ਪਰ ਇਹਦੇ ਲਈ ਉਪਾਅ ਦੀ ਲੋੜ ਆ ਮਾਂ ਚੁੱਪ ਹੋ ਗਈ ਫਿਰ ਉਪਾਅ ਕਰਵਾ ਲੈਣਾ ਸੀ ਮਾਂ ਮਾਂ ਦੀ ਚੁੱਪ ਤੋੜਨ ਲਈ ਮੈਂ ਸਹਿਜੇ ਹੀ ਕਹਿ ਦਿੱਤਾ ਵੇ ਨਿੰਦਰਾ ਉਪਾਅ ਕਿਹੜਾ ਸੌਖੇ ਹੁੰਦੇ ਨੇ ਪੰਡਿਤ ਕਹਿੰਦਾ ਸੀ 5-600 ਲੱਗ ਹੀ ਜਾਣਾ ਛੱਡ ਮਾਂ ਐਵੇਂ ਪੰਡਤਾਂ ਦੇ ਪਿੱਛੇ ਨਹੀਂ ਲੱਗੀਦਾ ਜੇ ਕਰਮਾ ਵਿੱਚ ਨੌਕਰੀ ਹੋਈ ਤਾਂ ਜ਼ਰੂਰ ਮਿਲ ਜੂਗੀ ਮਾ ਦੇ ਹੱਥ ਵੱਲ ਦੇ ਕੇ ਮੈਂ ਕਿਹਾ ਜਿਹੜੇ ਆਪਣੀ ਬੇਵਸੀ ਖੁਦ ਬਿਆਨ ਕਰ ਰਹੇ ਸੀ ਆਹੋ ਪੁੱਤ ਕਰਮਾ ਵਿੱਚ ਜੋ ਲਿਖਿਆ ਹੁੰਦਾ ਉਹ ਕੌਣ ਬਦਲ ਸਕਦਾ ਪਰ ਪੁੱਤ ਮੈਨੂੰ ਇੱਕ ਵਾਰ ਬਾਬਾ ਹਰੀਦਾਸ ਨੇ ਦੱਸਿਆ ਸੀ ਕਿ ਜਦ ਵੀ ਆਪਾਂ ਕਿਸੇ ਕੋਲੋਂ ਕੋਈ ਕੰਮ ਕਰਵਾਉਣਾ ਹੋਵੇ ਸੱਜਾ ਮੰਗਣਾ ਹੋਵੇ ਤਾਂ ਉਹਦੇ ਘਰ ਦਫ਼ਤਰ ਵੜਨ ਲੱਗੇ ਪਹਿਲਾਂ ਸੱਜਾ ਪੈਰ ਤੇ ਸੱਜੀ ਬਾਹਂ ਅੰਦਰ ਕਰਨੀ ਚਾਹੀਦੀ ਆ ਉਸ ਬੰਦੇ ਦੇ ਸੱਜੇ ਪਾਸੇ ਹੀ ਖੜਾ ਹੋਣਾ ਚਾਹੀਦਾ ਪੁੱਤ ਸੱਜਾ ਪਾਸਾ ਬੜਾ ਦਾਨੀ ਹੁੰਦਾ ਮੈਂ ਕੋਈ ਮੰਗਦਾ ਨਹੀਂ ਜਿਹੜਾ ਕਿਸੇ ਤੋਂ ਨੌਕਰੀ ਮੰਗਾ ਕਾਲਜ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਡਿਗਰੀ ਪ੍ਰਾਪਤ ਕੀਤੀ ਆ ਮਾਂ ਕਿਹੜੀਆਂ ਗੱਲਾਂ ਕਰਦੀ ਏ ਪਰ ਮੈਂ ਇਹਨਾਂ ਗੱਲਾਂ ਨੂੰ ਆਵਾਜ਼ ਨਾ ਦਿੱਤੀ ਤੇ ਦਿਲ ਹੀ ਦਿਲ ਵਿੱਚ ਰੱਖਿਆ ਅੱਛਾ ਮਾਂ ਹੁਣ ਮੈਂ ਚੱਲਣਾ ਮੈਂ ਦਹੀਂ ਵਾਲੀ ਕੌਲੀ ਥੱਲੇ ਰੱਖ ਕੇ ਤੁਰਨ ਲੱਗਿਆ ਮਾਂ ਬੋਲੀ ਰੁਕ ਜਾ ਪੁੱਤ ਮੈਂ ਪਹਿਲਾਂ ਗਲੀ ਵਿੱਚ ਦੇਖਦੀ ਆਂ ਕਿਤੇ ਲੰਬੜਾਂ ਦੀ ਦੀਪੋ ਤਾਂ ਨਹੀਂ ਉਹਦਾ ਮੱਥਾ ਬੜਾ ਮਾੜਾ ਏ ਜੇ ਕਿਤੇ ਮਿਲ ਜੇ ਤਾਂ ਬਣਿਆ ਬਣਾਇਆ ਕੰਮ ਵਿਗੜ ਜਾਂਦਾ ਮਾਂ ਨੇ ਮਧਾਣੀ ਛੱਡੀ ਤੇ ਜਲਦੀ ਜਲਦੀ ਗਲੀ ਵੱਲ ਨੂੰ ਤੁਰ ਪਈ ਆਜਾ ਆਜਾ ਪੁੱਤ ਹੈ ਨਹੀਂ ਕੋਈ ਵੀ ਗਲੀ ਵਿੱਚ ਮੈਂ ਵੀ ਜਲਦੀ ਜਲਦੀ ਤੁਰ ਪਿਆ ਅੱਛਾ ਮਾਂ ਤੂੰ ਮੇਰਾ ਫਿਕਰ ਨਾ ਕਰੀ ਕਹਿ ਕੇ ਮੈਂ ਆਪਣੇ ਧਿਆਨ ਤੁਰ ਪਿਆ ਸਾਡੇ ਪਿੰਡ ਦਾ ਅੱਡਾ ਕਾਫੀ ਦੂਰ ਹੈ ਮੈਂ ਰਸਤੇ ਨੂੰ ਕੱਟਦਾ ਬਸ ਅੱਡੇ ਕੋਲ ਪਹੁੰਚਣੇ ਵਾਲਾ ਸੀ ਕਿ ਸਾਹੋ ਸਾਹ ਹੋਈ ਮੇਰੀ ਮਾਂ ਮੇਰੇ ਅੱਗੇ ਖੜੀ ਹੋ ਗਈ بے ਨਿੰਦਰਾ ਕਾਗਜ ਤੂੰ ਘਰੀ ਛੱਡ ਆਇਆ ਮਾਂ ਨੇ ਚੁੰਨੀ ਦੇ ਪੱਲੇ ਨਾਲੋਂ ਕਾਗਜ਼ ਖੋਲ ਕੇ ਮੇਰੇ ਹੱਥੋਂ ਉੱਪਰ ਰੱਖ ਦਿੱਤਾ ਜਦ ਮੈਂ ਕਾਗਜ਼ ਪੜਿਆ ਤਾਂ ਮੇਰਾ ਹਾਸਾ ਨਿਕਲਣ ਲੱਗਿਆ ਪਰ ਜਿਉਂ ਹੀ ਮੈਂ ਮਾਤਾ ਸਾਹੋ ਸਾ ਹੋਇਆ ਸ਼ਰੀਰ ਤੇ ਝੁਰੜੀਆਂ ਭੜੀਆਂ ਅੱਖਾਂ ਤੱਕੀਆਂ ਮੇਰਾ ਹਾਸਾ ਦਬ ਗਿਆ ਮਾਂ ਚੰਗਾ ਹੋਇਆ ਤੂੰ ਇਹ ਕਾਗਜ਼ ਲੈ ਆਂਦਾ ਮੇਰੇ ਲਈ ਇਹ ਕਾਗਜ਼ ਬੜਾ ਜ਼ਰੂਰੀ ਸੀ ਮਾਂ ਦੇ ਮੂੰਹ ਤੇ ਇੱਕਦਮ ਖੁਸ਼ੀ ਆ ਗਈ ਮਾਂ ਤੂੰ ਮੈਨੂੰ ਆਵਾਜ਼ ਮਾਰ ਦਿੰਦੀ ਤੂੰ ਜੋ ਮੇਰੇ ਪਿੱਛੇ ਦੌੜ ਆਈ ਪੁੱਤ ਪਿੱਛੋਂ ਆਵਾਜ਼ ਮਾਰਨੀ ਉਪਸ਼ਕਨ ਹੁੰਦੀ ਆ ਲੈ ਮੈਂ ਕੀ ਸ਼ਗਨਾਂ ਦੇ ਕੰਮ ਚੱਲਾ ਸੀ ਇਸ ਕੰਮ ਚੱਲਿਆ ਤਾਂ 4-5 ਸਾਲ ਹੋ ਗਏ ੱੱਕੇ ਖਾਂਦੇ ਮਾਂ ਪਿੱਛੇ ਨੂੰ ਤੁਰ ਪਈ ਮੈਂ ਅੱਗੇ ਨੂੰ ਮੈਨੂੰ ਮਨ ਹੀ ਮਨ ਵਿੱਚ ਮਾਂ ਤੇ ਹਾਸਾ ਵੀ ਆ ਰਿਹਾ ਸੀ ਤੇ ਤਰਸ ਵੀ ਮਾਂ ਕਿੰਨੀ ਦੂਰ ਤੱਕ ਮੇਰੇ ਪਿੱਛੇ ਆਈ ਇਹ ਕਾਗਜ਼ ਲੈ ਕੇ ਪਰ ਇਹ ਕਾਗਜ਼ ਮੇਰੇ ਕੰਮ ਦਾ ਨਹੀਂ ਸੀ ਇਹ ਤਾਂ ਪ੍ਰੀਤ ਨੇ ਜੋ ਆਪਣੇ ਭਤੀਜੇ ਕੋਲ ਲੈਟਰ ਭੇਜੀ ਸੀ ਉਹ ਹੈ ਉਹ ਕੁੜੀ ਵੀ ਪਾਗਲ ਹੈ ਮੈਂ ਮਨ ਹੀ ਮਨ ਸੋਚ ਰਿਹਾ ਸੀ ਅਚਨਚੇਤ ਮੈਨੂੰ ਖਿਆਲ ਆਇਆ ਕਿ ਮੈਂ ਲੇਟ ਤਾਂ ਨਹੀਂ ਹੋ ਗਿਆ ਮੈਂ ਇੱਕਦਮ ਘੜੀ ਦੇਖੀ ਲੈ ਘੜੀ ਵੀ ਜਵਾਬ ਦੇ ਗਈ ਮੈਂ ਘੜੀ ਦੀਆਂ ਖੜੀਆਂ ਸੂਈਆਂ ਦੇਖ ਕੇ ਕਿਹਾ ਐਨੇ ਨੂੰ ਬਸ ਆ ਗਈ ਮੈਂ ਬੱਸ ਵਿੱਚ ਸਵਾਰ ਹੋ ਕੇ ਇੰਟਰਵਿਊ ਵਾਲੀ ਥਾਂ ਤੇ ਪਹੁੰਚ ਗਿਆ ਗਰਮੀ ਗਰਮੀ ਹੋਇਆ ਜਦ ਮੈਂ ਆਫਿਸ ਗਿਆ ਤਾਂ ਇੰਜ ਲੱਗਿਆ ਜਿਵੇਂ ਸਵਰਗ ਚ ਆ ਗਿਆ ਹੋਵਾਂ ਇੱਕ ਪਾਸੇ ਕੁਰਸੀਆਂ ਲੱਗੀਆਂ ਸਨ ਉਸ ਉੱਪਰ ਤਿੰਨ ਚਾਰ ਮੁੰਡੇ ਤੇ ਇੱਕ ਕੁੜੀ ਬੜੇ ਡਰੇ ਜੇ ਬੈਠੇ ਸਨ ਲੱਗਦਾ ਪਹਿਲੀ ਵਾਰ ਇਹ ਇੰਟਰਵਿਊ ਦੇਣ ਆਏ ਨੇ ਮੈਂ ਤਾਂ ਪਤਾ ਨਹੀਂ ਕਿੰਨੀ ਵਾਰ ਥੱਕੇ ਖਾਦੇ ਯਾਰ ਇੰਟਰਵਿਊ ਸ਼ੁਰੂ ਹੋ ਗਈ ਮੈਂ ਨਾਲ ਦੇ ਮੁੰਡੇ ਨੂੰ ਪੁੱਛਿਆ ਨਹੀਂ ਅਜੇ ਵੱਡੇ ਸਾਹਿਬ ਨਹੀਂ ਆਏ ਉਹਨੇ ਡਰੀ ਜੀ ਆਵਾਜ਼ ਵਿੱਚ ਜਵਾਬ ਦਿੱਤਾ ਐਨੇ ਨੂੰ ਬਾਹਰ ਗੱਡੀ ਆਈ ਤਾਂ ਬਾਹਰ ਬੈਠਾ ਆਦਮੀ ਇਕਦਮ ਖੜਾ ਹੋ ਗਿਆ ਗੱਡੀ ਚੋਂ ਕੋਟ ਪੈਂਟ ਵਾਲਾ ਨੌਜਵਾਨ ਮੁੰਡਾ ਅੰਦਰ ਆਇਆ ਤਾਂ ਸਾਰੇ ਜਣੇ ਖੜੇ ਹੋ ਕੇ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਸਰ ਕਹਿਣ ਲੱਗੇ ਉਹਨੇ ਸਾਰਿਆਂ ਵੱਲ ਉਪਰੀ ਜਿਹੀ ਨਿਗਾਹ ਮਾਰੀ ਤੇ ਅੰਦਰ ਚਲਾ ਗਿਆ ਮੈਂ ਦੌੜ ਕੇ ਦਰਵਾਜ਼ੇ ਵਿੱਚ ਬੈਠੇ ਆਦਮੀ ਨੂੰ ਪੁੱਛਿਆ ਭਾਈ ਜੀ ਇਹ ਸਾਹਿਬ ਦਾ ਨਾਮ ਅਰੁਣੇ ਜੀ ਨਹੀਂ ਇਸ ਦਾ ਨਾਮ ਅਰुण ਚੌਧਰੀ ਏ ਅਰਣ ਚੌਧਰੀ ਤੇ ਇਹ ਇਸ ਆਫਿਸ ਦਾ ਮਾਲਕ ਆ ਤੇ ਫਿਰ ਦੂਜੇ ਪਾਸੇ ਨੂੰ ਮੂੰਹ ਕਰਕੇ ਬੁੜਬੜਾਉਣ ਲੱਗ ਪਿਆ ਮੇਰੇ ਤਾਂ ਖੁਸ਼ੀ ਵਿੱਚ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਮੈਨੂੰ ਵਿਸ਼ਵਾਸ ਹੋ ਗਿਆ ਹੁਣ ਤਾਂ ਮੇਰੀ ਨੌਕਰੀ ਪੱਕੀ ਆ ਕਿਉਂਕਿ ਇਹ ਚੌਧਰੀ ਮੇਰੀ ਹੀ ਕਲਾਸ ਵਿੱਚ ਪੜਦਾ ਹੁੰਦਾ ਸੀ ਮੇਰੇ ਰੋਲ ਨੰਬਰ ਦੇ ਪਿੱਛੇ ਹਮੇਸ਼ਾ ਇਸ ਦਾ ਰੋਲ ਨੰਬਰ ਹੁੰਦਾ ਸੀ ਪੇਪਰ ਦੇ ਦਿਨ ਵਿੱਚ ਇਹ ਮੈਨੂੰ ਆਪਣੀ ਕਾਰ ਵਿੱਚ ਘਰੋਂ ਲੈ ਕੇ ਜਾਂਦਾ ਹੁੰਦਾ ਸੀ ਕਿਉਂਕਿ ਮੈਂ ਇਹਨੂੰ ਸਾਰਾ ਪੇਪਰ ਕਰਵਾਉਂਦਾ ਸੀ ਚਲੋ ਤੁਹਾਡੀ ਵਾਰੀ ਇੱਕ ਆਦਮੀ ਨੇ ਮੇਰੇ ਮੋਢੇ ਤੇ ਹੱਥ ਮਾਰ ਕੇ ਕਿਹਾ ਮੈਂ ਆਲੇ-ਦੁਆਲੇ ਦੇਖਿਆ ਹੋਰ ਕੋਈ ਨਹੀਂ ਸੀ ਭਾਈ ਸਾਹਿਬ ਬਾਕੀ ਕਿੱਥੇ ਗਏ ਮੈਂ ਮਹਾਰਾਨੀ ਨਾਲ ਪੁੱਛਿਆ ਉਹਨਾਂ ਦੀ ਤੇ ਛੁੱਟੀ ਹੋ ਗਈ ਹੁਣ ਤੁਹਾਡੀ ਵਾਰੀ ਉਹ ਆਦਮੀ ਜਿਸ ਕਮਰੇ ਵਿੱਚ ਇੰਟਰਵਿਊ ਹੁੰਦੀ ਸੀ ਉਸ ਕਮਰੇ ਵੱਲ ਨੂੰ ਹੱਥ ਕਰਦਾ ਬੋਲਿਆ ਜਦ ਮੈਂ ਅੰਦਰ ਗਿਆ ਤਾਂ ਉੱਥੇ ਮੁੰਡੇ ਤੇ ਕੁੜੀਆਂ ਮੇਜ਼ ਤੇ ਪਈਆਂ ਫਾਈਲਾਂ ਠੀਕ ਕਰ ਰਹੇ ਸਨ ਮੈਂ ਜਦ ਕੁੜੀ ਵੱਲ ਦੇਖਿਆ ਤਾਂ ਕੁੜੀ ਐਸ਼ਵਰਿਆ رائے ਦੀ ਭੈਣ ਲੱਗੀ ਉਹਨੇ ਸੋਹਣੀਆਂ ਜਿਹੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਤੇ ਹੈਰਾਨੀ ਨਾਲ ਪੁੱਛਿਆ ਤੁਸੀਂ ਮੈਨੇਜਰ ਦੀ ਇੰਟਰਵਿਊ ਦੇਣ ਆਏ ਹੋ ਹਾਂਜੀ ਮੈਂ ਇੱਕਦਮ ਜਵਾਬ ਦੇ ਦਿੱਤਾ ਉਹ ਬੁੱਲਾਂ ਵਿੱਚ ਹੱਸੇ ਤੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ। ਲਿਆਓ ਜੀ ਆਪਣੀ ਫਾਈਲ ਦਿਖਾਓ। ਕੁੜੀ ਨੇ ਮੇਰੇ ਵੱਲ ਨੂੰ ਹੱਥ ਕਰਕੇ ਕਿਹਾ। ਉਹ ਦੋਵੇਂ ਫਾਈਲ ਦੇਖਣ ਲੱਗ ਪਏ। ਅਰुण ਚੌਧਰੀ ਕਿਤੇ ਗਏ। ਮੈਂ ਹੌਲੀ ਜੀ ਆਵਾਜ਼ ਵਿੱਚ ਕਿਹਾ। ਤੁਸੀਂ ਕੀ ਕਹਿਣਾ ਹੈ? ਕੁੜੀ ਨੇ ਪੁੱਛਿਆ। ਉਹ ਮੇਰੇ ਦੋਸਤ ਨੇ। ਉਹ ਦੋਵੇਂ ਫਾਈਲ ਛੱਡ ਕੇ ਮੇਰੇ ਵੱਲ ਦੇਖ ਕੇ ਹੱਸ ਪਏ। ਮੈਨੂੰ ਪਤਾ ਲੱਗ ਗਿਆ ਇਹ ਮੇਰੇ ਕੱਪੜਿਆਂ ਵੱਲ ਦੇਖ ਕੇ ਹੱਸੇ ਨੇ। ਉਹ ਜੀ ਮੇਰੀ ਕਲਾਸ 'ਚ ਪੜ੍ਹਦੇ ਸਨ ਮੈਂ ਬਿਨਾ ਪੁੱਛੇ ਕਿਹਾ ਅੱਛਾ ਉਹ ਤਾਂ ਇੰਪੋਰਟੈਂਟ ਮੀਟਿੰਗ ਵਿੱਚ ਬੈਠ ਗਏ ਕਦੋਂ ਤੱਕ ਫ੍ਰੀ ਹੋਣਗੇ ਜੀ ਮੈਂ ਸਵਾਲ ਕੀਤਾ ਪਤਾ ਨਹੀਂ ਆ ਲੋ ਫਾਈਲ ਅਸੀਂ ਤੁਹਾਨੂੰ ਲੈਟਰ ਪਾਵਾਂਗੇ ਹੁਣ ਤੁਸੀਂ ਜਾ ਸਕਦੇ ਹੋ ਉਹਨਾਂ ਨੇ ਬੜੇ ਫਿਲਮੀ ਅੰਦਾਜ਼ ਵਿੱਚ ਕਿਹਾ ਬਾਹਰ ਆ ਕੇ ਮੈਂ ਅਰुण ਚੌਧਰੀ ਦਾ ਇੰਤਜ਼ਾਰ ਕਰਨ ਲੱਗਿਆ ਤਾਂ ਇੱਕ ਆਦਮੀ ਨੇ ਕਿਹਾ ਅਰुण ਚੌਧਰੀ ਤਾਂ ਚਲੇ ਗਏ ਜੇ ਜ਼ਰੂਰੀ ਮਿਲਣਾ ਹੈ ਤਾਂ ਕੱਲ ਆ ਜਾਣਾ ਮੈਂ ਬੇਸ਼ਰਮ ਜਾ ਹੋ ਕੇ ਘਰ ਆ ਗਿਆ ਬੇਨਿੰਦਰਾ ਨੌਕਰੀ ਲੱਗ ਗਈ ਮਾਂ ਨੇ ਸਭ ਤੋਂ ਪਹਿਲਾਂ ਉਹੀ ਸੁਣਿਆ ਸੁਣਾਇਆ ਸਵਾਲ ਕੀਤਾ ਮਾਂ ਲੱਗ ਜਾਵੇਗੀ ਨੌਕਰੀ ਪਹਿਲਾਂ ਤਾਂ ਚਾਹ ਦਾ ਗਲਾਸ ਦੇ ਸਵੇਰ ਦਾ ਸਿਰਦਰਦ ਕਰਦਾ ਹੈ ਬੇਨਿੰਦਰਾ ਖੰਡ ਤਾਂ ਹੈ ਨਹੀਂ ਅੱਜ ਸਵੇਰੇ ਦਰਸੋਂ ਦਾ ਜਵਾਈ ਆ ਗਿਆ ਧਰਮ ਨਾਲ ਬੜੀ ਸ਼ਰਮ ਆਈ ਜਾਦੋ ਨੂੰ ਗੁੜ ਦੀ ਚਾਹ ਬਣਾ ਕੇ ਦਿੱਤੀ ਜੇ ਤੇਰੇ ਕੋਲ 9-10 ਰੁਪਏ ਬਚੇ ਨੇ ਤਾਂ ਲਿਆ ਮੈਂ ਕਿਲੋ ਅੱਧਾ ਕਿਲੋ ਲੈ ਆਉਣੀ ਆ ਮਾਂ 5 ਰੁਪਏ ਤਾਂ ਬਚੇ ਸੀ ਪਰ ਜਦ ਮੈਂ ਬਾਸਾਡੇ ਨੂੰ ਆਉਂਦਾ ਸੀ ਰਿਕਸ਼ੇ ਵਿੱਚ ਤਾਂ ਰਿਕਸ਼ੇ ਵਾਲੇ ਉੱਪਰ ਬੜਾ ਤਰਸ ਆਇਆ ਉਹ ਬੁੱਢਾ ਆਦਮੀ ਗਰਮੀ ਨਾਲ ਨਹਾਤਾ ਹੋਇਆ ਦੇਖ ਕੇ ਮੈਂ ਉਹਨੂੰ 5 ਦੀ ਥਾਂ 10 ਰੁਪਏ ਦੇ ਦਿੱਤੇ ਮੈਂ ਪਾਣੀ ਦੇ ਗਲਾਸ ਨੂੰ ਹਿਲਾਉਂਦਾ ਹਿਲਾਉਂਦਾ ਬੋਲਿਆ ਵੇਨਿੰਦਰਾ ਤੂੰ ਤਾਂ ਉਹ ਗੱਲ ਕੀਤੀ ਘਰ ਦਾਣੇ ਨਹੀਂ ਬਾਪੂ ਖੇਰਸ ਤੇ ਲੇਟੇ ਚੱਲ ਛੱਡ ਮਾਂ ਚਾਹ ਰਹਿਣ ਦੇ ਤੂੰ ਮੇਰੀ ਗੱਲ ਸੁਣ ਮਾਂ ਸਵੇਰ ਨੂੰ ਫਿਰ ਮੈਨੂੰ ਸ਼ਹਿਰ ਜਾਣਾ ਪੈਣਾ ਪਰ ਮੇਰੇ ਕੋਲ ਇੱਕ ਲਾਲ ਪੈਸਾ ਨਹੀਂ ਜੇ ਤੂੰ ਕਿਸੇ ਕੋਲ ਪੁੱਛ ਕੇ 100 200 ਲੈ ਆਵੇਂ ਤਾਂ ਚੰਗਾਈ ਬੇਨਿੰਦਰਾ ਮੈਂ ਕੀ ਦੇ ਘਰ ਜਾਵਾਂ ਘਰ ਘਰ ਦੀ ਤਾਂ ਮੈਂ ਦੇਣਦਾਰਾਂ ਮੈਨੂੰ ਕੋਈ ਘਰ ਨਹੀਂ ਦਿਸਦਾ ਜਿਹੜਾ ਮੈਨੂੰ ਇੱਕ ਪੈਸਾ ਵੀ ਦੇ ਦੇਵੇ ਤੂੰ ਆ ਫੜ ਮੇਰੀਆਂ ਵਾਲੀਆਂ ਸੁਨਿਆਰੇ ਦੇ ਰੱਖ ਦੇ ਜਿੰਨੇ ਪੈਸੇ ਦਿੰਦਾ ਲੈ ਆ ਜਦ ਤੈਨੂੰ ਨੌਕਰੀ ਲੱਗ ਜੂਗੀ ਫਿਰ ਹੋਰ ਕਰਵਾ ਲਾਂਗੇ ਮਾਂ ਨੇ ਵਾਲੀਆਂ ਮੇਰੇ ਹੱਥ ਉੱਪਰ ਰੱਖ ਦਿੱਤੀਆਂ ਮੈਨੂੰ ਆਪਣੇ ਆਪ ਤੇ ਬੜੀ ਸ਼ਰਮ ਆਈ ਮੈਂ ਮਾਂ ਨੂੰ ਕੁਝ ਨਹੀਂ ਦੇ ਸਕਦਾ ਸਗੋਂ ਕੰਨਾ ਤੋਂ ਵੀ ਨੰਗੇ ਕਰ ਦਿੱਤਾ ਇਹ ਉਹ ਵਾਲੀਆਂ ਨੇ ਜਿਨ੍ਹਾਂ ਖਾਤਰ ਮਾਂ ਨੇ ਬਾਪੂ ਕੋਲ ਪਤਾ ਨਹੀਂ ਬੜੀ ਕੁੱਟ ਖਾਦੀ। ਜਦ ਬਾਪੂ ਮਾਂ ਕੋਲ ਸ਼ਰਾਬ ਲਈ ਪੈਸੇ ਮੰਗਦਾ ਮਾਂ ਨਾ ਦਿੰਦੀ। ਤਾਂ ਬਾਪੂ ਹਮੇਸ਼ਾ ਹੀ ਵਾਲੀਆਂ ਖੋਣ ਪੈਂਦਾ। ਮਾਂ ਕੁੱਟ ਖਾ ਲੈਂਦੀ ਪਰ ਵਾਲੀਆਂ ਨਾ ਦਿੰਦੀ। ਪਰ ਅੱਜ ਮੈਨੂੰ ਕਿੰਨੀ ਜਲਦੀ ਫੜਾ ਦਿੱਤੀਆਂ। ਬੇਨਿੰਦਰਾ ਕੀ ਸੋਚਦਾ? ਇਹ ਸੋਨੇ ਦੀਆਂ ਚੀਜ਼ਾਂ ਆਪਾਂ ਤਾਂ ਹੀ ਬਣਵਾਉਂਦੇ ਆ ਕਿ ਜਦ ਲੋੜ ਹੋਵੇ ਤਾਂ ਵਰਤ ਸਕੀਏ। ਮਾਂ ਨੇ ਮੇਰੇ ਮੋਢੇ ਤੇ ਦੋਵੇਂ ਹੱਥ ਰੱਖ ਲਏ ਮੈਂ ਵਾਲੀਆਂ ਨੂੰ ਹੱਥ ਦੀ ਤਲੀ ਤੇ ਚੁੱਕ ਕੇ ਜੇ ਵਿੱਚ ਪਾ ਕੇ ਸੁਨਿਆਰੇ ਦੇ ਚਲਾ ਗਿਆ ਸੁਨਿਆਰੀ ਨੇ ਮੈਨੂੰ 500 ਦੇ ਦਿੱਤਾ ਤੇ ਵਾਲੀਆਂ ਗਹਿਣੇ ਰੱਖ ਲਈਆਂ ਸੱਚ ਪੈਸੇ ਵੱਲ ਦੇਖ ਕੇ ਹਰ ਇਨਸਾਨ ਖੁਸ਼ ਹੋ ਜਾਂਦਾ ਹੈ ਬੇਸ਼ੱਕ ਇਹ ਪੈਸਾ ਕਿਸੇ ਵੀ ਰੂਪ ਵਿੱਚ ਹੋਵੇ ਮੈਂ ਸੋਚਿਆ ਕਿਉਂ ਨਾ ਇੱਕ ਕਿਰਾਏ ਤੇ ਕੋਟ ਪੈਂਟ ਲੈ ਜਾਵਾਂ ਕੱਲ ਨੂੰ ਟੌਰਸ਼ ਉਰ ਕੱਢ ਕੇ ਜਾਵਾਂਗਾ ਮੈਂ 100 ਰੁਪਏ ਦਾ ਕਿਰਾਏ ਤੇ ਕੋਟ ਲੈ ਲਿਆ ਤੇ ਪੈਂਟ ਵੀ ਘਰ ਆ ਕੇ ਮੈਂ ਪਤਾ ਨਹੀਂ ਕਿੰਨੀ ਵਾਰ ਕੋਟ ਪੈਂਟ ਪਾ ਕੇ țeੜਕੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਦੇਖਿਆ ਬੇ ਨਿੰਦਰਾ ਬੱਸ ਕਰ ਕਿਤੇ ਤੈਨੂੰ ਇਸ ਬਲੈਤੀ ਸੂਟ ਦਾ ਸ਼ੁਦਾਹੀ ਨਾ ਹੋ ਜਾਵੇ ਪਤਾ ਨਹੀਂ ਕਿੰਨੀ ਵਾਰ ਪਾ ਪਾ ਕੇ ਦੇਖੀ ਜਾਂਦਾ ਵੇ ਤੂੰ ਉਹੀ ਗੱਲ ਕੀਤੀ ਮਾੜੇ ਜੱਟ ਨੂੰ ਕਟੋਰਾ ਲੱਭਿਆ ਪਾਣੀ ਪੀ ਪਿਆ ਫਰਿਆ ਮਾਂ ਮੋٹے ਮੋٹے ਬੁੱਲਾਂ 'ਚ ਹਲਕਾ ਹਲਕਾ ਹੱਸਦੀ ਬੋਲੀ ਮਾਂ ਮੇਰਾ ਇੱਕ ਕੰਮ ਕਰ ਦੇ ਇੱਕ ਗੁਲਾਬ ਦਾ ਫੁੱਲ ਥੋੜੇ ਜੇ ਪਾਣੀ ਵਿੱਚ ਚੰਗੀ ਤਰ੍ਹਾਂ ਆਗੂ ਪਰ ਰੱਖ ਕੇ ਰਹਿਨ ਦੇ ਬੇਨਿੰਦਰ ਉਹ ਕੀ ਕਰਨਾ ਹੈ ਦੱਸ ਦੇਵਾਂਗਾ ਮਾਂ ਪਹਿਲਾਂ ਤੂੰ ਮੇਰਾ ਕੰਮ ਕਰ ਦੇਵੀ ਮੈਂ ਤਾਂ ਅੱਸੀ ਰਾਤ ਲੰਗਾਈ ਪਤਾ ਨਹੀਂ ਮੈਨੂੰ ਕੋਟ ਪੈਂਟ ਪਾਉਣ ਦੀ ਖੁਸ਼ੀ ਸੀ ਜਾਂ ਨੌਕਰੀ ਮਿਲਣ ਦੀ ਜਾਂ ਫਿਰ ਅਰुण ਚੌਧਰੀ ਨੂੰ ਮਿਲਣ ਦੀ ਮੈਂ ਸਵੇਰੇ ਜਲਦੀ ਜਲਦੀ ਉੱਠਿਆ ਨਾ ਤੋ ਕੇ ਕੋਟ ਪੈਂਟ ਪਾਇਆ ਉਸ ਉੱਪਰ ਗੁਲਾਬ ਦੇ ਫੁੱਲਾਂ ਦਾ ਪਾਣੀ ਕਿਤੇ ਕਿਤੇ ਲਾਇਆ ਤਾਂ ਜੋ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਵੇ ਜਦ ਮੈਂ ਆਫਿਸ ਵਿੱਚ ਗਿਆ ਤਾਂ ਜਿਹੜਾ ਗੇਟਕੀਪਰ ਨੇ ਕੱਲ ਮੇਰਾ ਮੱਥੇ ਤੇ ਤਿਉੜੀਆਂ ਪਾ ਕੇ ਸਵਾਗਤ ਕੀਤਾ ਸੀ ਅੱਜ ਮੁਸਕਰਾ ਕੇ ਕੀਤਾ ਅੱਜ ਫਿਰ ਇੰਟਰਵਿਊ ਦੇਣ ਲਈ ਦੋ ਮੁੰਡੇ ਤੇ ਇੱਕ ਕੁੜੀ ਬੈਠੇ ਹੋਏ ਸਨ ਜਿੱਥੇ ਇੰਟਰਵਿਊ ਹੁੰਦੀ ਸੀ ਮੈਂ ਉਸ ਕਮਰੇ ਵਿੱਚ ਚਲਾ ਗਿਆ ਅੱਜ ਇੱਥੇ ਹੋਰ ਦੋ ਜਣੇ ਬੈਠੇ ਸਨ ਜਦ ਮੈਂ ਉਹਨਾਂ ਨੂੰ ਦੱਸਿਆ ਕਿ ਚੌਧਰੀ ਦਾ ਦੋਸਤਾਂ ਤਾਂ ਉਹਨਾਂ ਨੇ ਮੇਰੀ ਬੜੀ ਇੱਜ਼ਤ ਕੀਤੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕੱਲ ਇੰਟਰਵਿਊ ਦੇਣ ਆਇਆ ਸੀ ਪਰ ਮੈਨੂੰ ਅਰुण ਨਾ ਮਿਲਿਆ ਕਿਉਂਕਿ ਉਹ ਕਿਸੇ ਮੀਟਿੰਗ ਵਿੱਚ ਬਿਜ਼ੀ ਸਨ ਕੁੜੀ ਨੇ ਮੈਨੂੰ ਕੌਫੀ ਦਾ ਕੱਪ ਤੇ ਆਪਣੇ ਨਾਲ ਵਾਲੇ ਮੁੰਡੇ ਨੂੰ ਪੁੱਛਿਆ ਕੱਲ ਕੱਲ ਉਹ ਆਪਣੀ ਪਰਸਨਲ ਮੀਟਿੰਗ ਵਿੱਚ ਸੀ ਫਿਰ ਦੋਵੇਂ ਜਣੇ ਹੱਸਣ ਲੱਗ ਪਏ ਸਰ ਉਹ ਤੇ ਫਿਰ ਅੱਜ ਆਏ ਹੀ ਨਹੀਂ ਤੁਸੀਂ ਕੱਲ ਨੂੰ ਉਹਨਾਂ ਨੂੰ ਮਿਲ ਲੈਣਾ ਕੁੜੀ ਨੇ ਬੜੀ ਇੱਜ਼ਤ ਨਾਲ ਕਿਹਾ ਮੈਂ ਕੱਲ ਇੰਟਰਵਿਊ ਵੀ ਦਿੱਤੀ ਸੀ ਨੌਕਰੀ ਬਾਰੇ ਮੈਂ ਡਰਦੇ ਨੇ ਪੁੱਛ ਹੀ ਲਿਆ ਸਰ ਤੁਹਾਡੇ ਵਰਗਿਆਂ ਨੂੰ ਨੌਕਰੀ ਦੀ ਕੀ ਲੋੜ ਹੈ ਨਾਲੇ ਨੌਕਰੀ ਇੱਕ ਤੇ ਮੰਗਣ ਵਾਲੇ ਬਹੁਤ ਨਹੀਂ। ਉਹ ਦੇਖੋ ਸਾਹਮਣੇ ਜਿਹੜੀ ਕੁੜੀ ਬੈਠੀ ਆ ਉਹ ਮੇਰੇ ਨਾਲ ਪੜਦੀ ਸੀ। ਪੜ੍ਹਾਈ 'ਚ ਹੁਸ਼ਿਆਰ ਪਰ ਘਰੋਂ ਬੜੀ ਗਰੀਬ ਆ। ਇਹਦੇ ਵਰਗਿਆਂ ਨੂੰ ਨੌਕਰੀ ਦੀ ਲੋੜ ਹੁੰਦੀ ਆ। ਮੁੰਡੇ ਨੂੰ ਜਿਵੇਂ ਕੁੜੀ ਨਾਲ ਦਿਲੋਂ ਹਮਦਰਦੀ ਹੋਵੇ। ਉਹ ਇਸ ਤਰ੍ਹਾਂ ਉਸ ਦਾ ਪੱਖ ਲੈ ਰਿਹਾ ਸੀ। ਮੇਰੇ ਮੂੰਹ ਦੇ ਸਾਰੇ ਰੰਗ ਉੱਡ ਗਏ। ਮੁੰਡੇ ਦੇ ਮੂੰਹ 'ਚੋਂ ਨਿਕਲਿਆ ਇੱਕ ਇੱਕ ਸ਼ਬਦ। ਮੇਰੇ ਦਿਲ ਵਿੱਚ ਤੀਰ ਵਾਂਗ ਜਾਲਗਾ। ਮੇਰਾ ਦਿਲ ਕਰੇ ਮੈਂ ਠੀਕ-ਠੀਕੇ ਦੱਸਾਂ ਕਿ ਮੈਨੂੰ ਕੁੜੀ ਨਾਲੋਂ ਜ਼ਿਆਦਾ ਨੌਕਰੀ ਦੀ ਲੋੜ ਹੈ ਪਰ ਮੈਂ ਚੀਕ ਨਾ ਸਕਿਆ ਅੱਛਾ ਮੈਂ ਕੱਲ ਨੂੰ ਆਵਾਂਗਾ ਮੈਂ ਟੁੱਟੇ ਦਿਲ ਦੀ ਸਾਰੀ ਸ਼ਕਤੀ ਇਕੱਠੀ ਕਰਕੇ ਕਿਹਾ ਵੇ ਨਿੰਦਰਾ ਲੱਗੀ ਨੌਕਰੀ ਘਰ ਆਉਂਦੇ ਨੂੰ ਮਾਂ ਨੇ ਪਹਿਲਾ ਉਹੀ ਸਵਾਲ ਕੀਤਾ ਮਾਂ ਲੱਗ ਜਾਵੇਗੀ ਨੌਕਰੀ ਮੈਂ ਸਿਰ ਨੂੰ ਫੜਦਾ ਬੋਲਿਆ ਮਾਂ ਨੇ ਛੇਤੀ ਨਾਲ ਸੁੱਕੀਆਂ ਲਾਲ ਮਿਰਚਾਂ ਮੇਰੇ ਮੱਥੇ ਨਾਲ ਲਾਈਆਂ ਤੇ ਫਿਰ ਸਿਰ ਤੋਂ ਪੈਰਾ ਤੱਕ ਲੈ ਕੇ ਬਲਦੀ ਅੱਗ ਵਿੱਚ ਸੁੱਟ ਦਿੱਤੀਆਂ। ਨਾਜ਼ਰੇ ਨਜ਼ਰੇ ਸਾੜ ਬਲ ਕੋਲੇ ਹੋ ਜਾ। ਮਾਂ ਹੌਲੀ-ਹੌਲੀ ਆਵਾਜ਼ ਵਿੱਚ ਕਹਿ ਰਹੀ ਸੀ। ਮੈਂ ਖੜਾ ਦੇਖੀ ਜਾ ਰਿਹਾ ਸੀ ਤੇ ਮਨ ਵਿੱਚ ਸੋਚ ਰਿਹਾ ਸੀ ਕਿ ਸੱਚੀ ਸਾਰੀ ਦੁਨੀਆ ਵਿੱਚੋਂ ਮਾਵਾਂ ਨੂੰ ਸਿਰਫ ਆਪਣੇ ਹੀ ਪੁੱਤ ਸੋਹਣੇ ਲੱਗਦੇ ਨੇ। ਮੈਂ ਰਾਤ ਮਸੇਂ ਤਾਰਿਆਂ ਨੂੰ ਗਿਣ-ਗਿਣ ਕੇ ਬਤੀਤ ਕੀਤੀ ਸੀ। ਸਵੇਰੇ ਛੇਤੀ ਉੱਠਿਆ ਫਿਰ ਜਾ ਪੁੱਜਾ ਉਸੇ ਆਫਿਸ ਉਹ ਸ਼ਾਇਦ ਮੇਰੀ ਆਖਰੀ ਉਮੀਦ ਸੀ ਗੇਟਕੀਪਰ ਵੀ ਅਜੇ ਆਇਆ ਹੀ ਸੀ ਹਾਂਜੀ ਕੀ ਕੰਮ ਹੈ ਤੁਹਾਨੂੰ ਉਹ ਕੁਰਸੀ ਤੇ ਬੈਠਣ ਲੱਗਾ ਬੋਲਿਆ ਜੀ ਮੈਂ ਅਰुण ਚੌਧਰੀ ਨੂੰ ਮਿਲਣਾ ਹੈ ਕਿਉਂ ਕੋਈ ਕੰਮ ਹੈ ਉਹ ਮੇਰੇ ਦੋਸਤ ਨੇ ਉਹ ਜੀ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਮੈਂ ਨੌਕਰੀ ਉਹ ਮੇਰੀ ਗੱਲ ਵਿੱਚ ਹੀ ਘੱਟਦਾ ਬੋਲਿਆ ਦੇਖ ਲਓ ਭੋਲੀ ਸਰਕਾਰ ਅੱਜਕੱਲ ਕਿਸੇ ਦਾ ਯਾਰ ਮਿੱਤਰ ਨਹੀਂ ਸਭ ਤਾਂ ਪੈਸਾ ਕੰਮ ਕਰਦਾ ਤੁਸੀਂ ਵੀ ਇੱਕ ਡੇਢ ਲੱਖ ਦਿਓ ਤਾਂ ਨੌਕਰੀ ਪੱਕੀ ਸਮਝੋ ਇੱਕ ਡੇਢ ਲੱਖ ਦਾ ਨਾਮ ਸੁਣ ਕੇ ਮੇਰਾ ਤਾਂ ਸਰੀਰ ਕੰਬ ਗਿਆ ਕਦੋਂ ਤੱਕ ਆਵੇਗਾ ਅਰुण ਚੌਧਰੀ ਮੈਂ ਗੱਲ ਨੂੰ ਦੂਜੇ ਪਾਸੇ ਪਾਉਣ ਦਾ ਯਤਨ ਕੀਤਾ ਪਤਾ ਨਹੀਂ ਓਨੇ ਵੀ ਉਖੜੀ ਕੋਹਾੜੇ ਵਾਂਗ ਜਵਾਬ ਦੇ ਦਿੱਤਾ ਕਾਸ਼ ਮੈਨੂੰ ਨੌਕਰੀ ਮਿਲ ਜਾਵੇ ਮੈਂ ਤਾਂ ਬੜੀ ਇਮਾਨਦਾਰੀ ਨਾਲ ਕਰਾਂਗਾ। ਹਾਂਜੀ ਕੀ ਕੰਮ ਹੈ ਤੁਹਾਨੂੰ? ਇੱਕ ਆਦਮੀ ਮੇਰੇ ਕੋਲ ਘੰਟੇ ਤੋਂ ਬਾਅਦ ਆ ਕੇ ਪੁੱਛਣ ਲੱਗਿਆ। ਮੈਂ ਅਰुण ਚੌਧਰੀ ਨੂੰ ਮਿਲਣਾ ਹੈ। ਕੀ ਗੱਲ? ਉਹ ਅਰुण ਚੌਧਰੀ ਦਾ ਦੋਸਤ ਹੈ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਗੇਟਕੀਪਰ ਨੇ ਕਹਿ ਦਿੱਤਾ। ਆ ਜਾਓ। ਉਹ ਆਦਮੀ ਮੈਨੂੰ ਅੰਦਰ ਲੈ ਗਿਆ। ਤਾਂ ਫਿਰ 2-3 ਘੰਟੇ ਬਾਅਦ ਮਸੀ ਅਰुण ਚੌਧਰੀ ਦੇ ਦਰਸ਼ਨ ਹੋਏ। ਮੈਂ ਅਜੇ ਸਤਿ ਸ਼੍ਰੀ ਅਕਾਲ ਹੀ ਕਿਹਾ ਸੀ ਕਿ ਫੋਨ ਵੱਜ ਗਿਆ 5-10 ਮਿੰਟ ਫੋਨ ਨੂੰ ਜੋਕ ਵਾਂਗ ਚਿੰਬੜਿਆ ਰਿਹਾ ਚੌਧਰੀ ਤੁਸੀਂ ਮੈਨੂੰ ਪਹਿਚਾਣਿਆ ਮੈਂ ਤੁਹਾਡੇ ਨਾਲ ਪੜਦਾ ਹੁੰਦਾ ਸੀ ਪੇਪਰਾਂ ਦੇ ਦਿਨਾਂ ਵਿੱਚ ਮੈਂ ਤੁਹਾਡੇ ਨਾਲ ਕਾਰ ਵਿੱਚ ਮੈਂ ਅਜੇ ਇੰਨਾ ਹੀ ਕਿਹਾ ਕਿ ਫੋਨ ਦੀ ਘੰਟੀ ਫਿਰ ਵੱਜ ਗਈ ਉਹ ਫਿਰ ਫੋਨ ਸੁਣਨ ਲੱਗ ਪਿਆ ਮੇਰਾ ਦਿਲ ਕਰੇ ਮੈਂ ਫੋਨ ਨੂੰ ਚੁੱਕ ਕੇ ਤੋੜ ਦੇਵਾਂ ਸੌਰੀ ਮੈਨੂੰ ਜ਼ਰੂਰੀ ਕੰਮ ਪੈ ਗਿਆ ਤੁਸੀਂ ਬਾਹਰ ਮਿਸ ਰੋਜੀ ਨਾਲ ਗੱਲ ਕਰ ਲੈਣੀ ਮੈਂ ਉੱਥੋਂ ਉੱਠ ਕੇ ਬਾਹਰ ਮਿਸ ਰੋਜੀ ਕੋਲ ਗਿਆ ਹਾਂਜੀ ਦੱਸੋ ਕੀ ਕੰਮ ਮਿਸ ਰੋਜੀ ਫਾਈਲਾਂ 'ਚੋ ਫਾਈਲ ਹੋ ਕੇ ਬੋਲੀ ਜਾ ਰਹੀ ਸੀ ਮੈਂ ਅਰुण ਚੌਧਰੀ ਦਾ ਦੋਸਤ ਹਾਂ ਮੈਂ ਤੁਹਾਡੇ ਤੋਂ ਕੰਮ ਪੁੱਛਿਆ ਕੋਈ ਰਿਸ਼ਤਾ ਨਹੀਂ ਜੀ ਮੈਂ ਨੌਕਰੀ ਲਈ ਆਇਆ ਮੈਂ ਕਾਲਜ ਵਿੱਚ ਪਹਿਲੇ ਨੰਬਰ ਤੇ ਬੀਏ ਪਾਸ ਕੀਤੀ ਹੈ ਮੈਨੇਜਰ ਦਾ ਕੋਰਸ ਵੀ ਆ ਆ ਦੇਖੋ ਮੇਰੀ ਫਾਈਲ ਉਹਨੇ ਮੇਰੀ ਫਾਈਲ ਵਿੱਚ ਪਤਾ ਨਹੀਂ ਕੀ ਦੇਖਿਆ ਤਾਂ ਫਿਰ ਬੋਲੀ ਦੇਖੋ ਮਿਸਟਰ ਨਰਿੰਦਰ ਮੈਨੇਜਰ ਦੀ ਨੌਕਰੀ ਤਾਂ ਫਿਲ ਹੋ ਗਈ ਹਾਂ ਪੀਐਨ ਦੀ ਨੌਕਰੀ ਖਾਲੀ ਹੈ ਜੇ ਉਹ ਕਰਨੀ ਹੈ ਤਾਂ ਠੀਕ ਹੈ ਉਹ ਵੀ ਇਸ ਕਰਕੇ ਕਿ ਤੁਸੀਂ ਅਰुण ਚੌਧਰੀ ਨੂੰ ਜਾਣਦੇ ਹੋ 1000 ਰੁਪਏ ਮਹੀਨਾ ਹੈ ਮੈਂ ਤਾਂ ਸਿਰ ਤੋਂ ਪੈਰਾ ਤੱਕ ਕੰਬ ਗਿਆ ਮੇਰਾ ਸਰੀਰ ਜਿਵੇਂ ਰਾਖ ਦੀ ਢੇਰੀ ਬਣ ਗਿਆ ਮੇਰੀਆਂ ਅੱਖਾਂ 'ਚੋਂ ਗਰਮ-ਗਰਮ ਅਥਰੂ ਨਿਕਲ ਕੇ ਗੱਲਾਂ ਤੇ ਆ ਗਏ ਮੈਂ ਕੁਝ ਨਾ ਬੋਲਿਆ ਤੇ ਵਾਪਸ ਆਪਣੇ ਘਰ ਆ ਗਿਆ ਵੇ ਨਿੰਦਰਾ ਕੀ ਹੋਇਆ ਤੈਨੂੰ ਮਾਂ ਨੇ ਮੇਰੇ ਮੋਹ ਦਾ ਉੱਡਿਆ ਰੰਗ ਦੇਖ ਕੇ ਪੁੱਛਿਆ ਮੈਂ ਉੱਚੀ-ਉੱਚੀ ਰੋਣ ਲੱਗ ਪਿਆ ਵੇ ਮੇਰੇ ਸੋਹਣਿਆ ਪੁੱਤਾ ਦੱਸ ਤਾਂ ਸਹੀ ਕੀ ਹੋਇਆ ਮਾਂ ਹੁਣ ਮੈਨੂੰ ਨੌਕਰੀ ਮਿਲਣ ਦੀ ਕੋਈ ਆਸ ਨਹੀਂ ਮੈਂ ਤਾਂ ਨੌਕਰੀ ਲੱਭਦਾ ਲੱਭਦਾ ਆਪ ਹੀ ਗੁਆਚ ਗਿਆ ਸਾਰੇ ਰਾਹ ਦੀ ਧੂੜ ਛਾਣ ਦਿੱਤੀ ਜੇ ਇੱਕਾਸ ਬਣੀ ਨੌਕਰੀ ਮਿਲਣ ਦੀ ਤਾਂ 1000 ਰੁਪਏ ਮਹੀਨੇ ਦੀ ਬੇ ਨਿੰਦਰਾ ਤੂੰ ਚਿੰਤਾ ਕਿਉਂ ਕਰਦਾ ਹੈ ਆਪਾਂ ਅੱਧਾ ਕਿਲਾ ਜ਼ਮੀਨ ਦਾ ਵੇਚ ਕੇ ਸਾਰਾ ਕਰਜ਼ਾ ਲਾ ਦੇਵਾਂਗੇ ਉਹਦਾਂ ਵੀ ਤੇਰੇ ਪਿਓ ਨੇ ਦਸਾਂ ਕਿੱਲਾਂ ਚੋਂ ਇੱਕ ਕਿੱਲਾ ਹੀ ਤਾਂ ਛੱਡਿਆ ਜੇ ਇੱਕ ਅੱਧਾ ਸਾਲ ਹੋਰ ਜਿਉਂਦਾ ਰਹਿ ਜਾਂਦਾ ਤਾਂ ਇਹ ਵੀ ਸ਼ਰਾਬ ਦੀ ਭੇਟ ਚੜ ਜਾਣਾ ਸੀ ਜੇ ਅੱਧਾ ਕਿੱਲਾ ਤੇਰੀ ਪੜ੍ਹਾਈ ਦੀ ਭੇਟ ਚੜ ਗਿਆ ਤਾਂ ਕੋਈ ਗੱਲ ਨਹੀਂ ਮਾਂ ਨੇ ਕੁੱਟ ਕੇ ਗੱਲ ਨਾਲ ਲਾ ਲਿਆ ਵੇ ਨਿੰਦਰਾ ਤੂੰ ਇੱਥੇ ਬੈਠ ਮੈਂ ਤੇਰੇ ਲਈ ਚਾਹ ਲੈ ਕੇ ਆਉਣੀ ਆ ਮਾਂ ਨੇ ਚੁੱਲ੍ਹੇ 'ਚ ਪਾਥੀਆਂ ਦੀ ਡੇਲ ਲਾਈ ਤੇ ਫਿਰ ਮੇਰੇ ਕੋਲ ਆ ਗਈ ਵੇ ਨਿੰਦਰਾ ਜੇ ਕੋਈ ਰੱਦੀ ਵਾਲਾ ਕਾਗਜ਼ ਹੈ ਤਾਂ ਅੱਗ ਮਚਾਉਣ ਲਈ ਦੇਈ ਮੇਰਾ ਤਾਂ ਫੁੱਕਾ ਮਾਰ ਮਾਰ ਕੇ ਸਿਰ ਦੁਖਣ ਲੱਗ ਪਿਆ ਲੈ ਮਾਂ ਆ ਕਾਗਜ਼ ਦਾ ਟੁਕੜਾ ਮੇਰੇ ਤਾਂ ਕਿਸੇ ਕੰਮ ਨਹੀਂ ਆਇਆ ਜੇ ਤੇਰੇ ਅੱਗ ਮਚਾਉਣ ਦੇ ਕੰਮ ਆ ਜਾਵੇ ਤਾਂ ਮੇਰੇ ਲਈ ਇਹੀ ਬੜੀ ਖੁਸ਼ੀ ਵਾਲੀ ਗੱਲ ਹੋਵੇਗੀ ਮੈਂ ਛੱਟ ਆਪਣੀ ਡਿਗਰੀ ਮਾਂ ਨੂੰ ਫੜਾ ਦਿੱਤੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਜੀ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ